असलकुम जी मैं हूं तायसर मीर और आप देख रहे हैं मीर चाकीज़ और शाह जी सामेकुम नमस्ते सत श्रीकाल आदाब जी मेहरबानी वालेकुम सारा कुछ वाह वा, 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 वा। सर अपना शाह जी नारायण कार कीड़ी आ गए कैसा महसूस कर रहे हो थोड़ी थोड़ा फंबल हो जाते तो मैं ज़्यादा खुशी होंगी ये <laughs> मकसद है कि ਮੈਂ ਤੇ ਤੁਹਾਡੇ ਸਾਹਮਣੇ ਹੀ ਹਾਂ ਤੁਸੀਂ ਤੁਹਾਨੂੰ ਹੀ ਨਰੈਣ ਸਮਝਿਆ ਮੈਂ ਹਮੇਸ਼ਾ ਔਰ ਐਸਾ ਸਾਹਫੀ ਯਾਨੀ ਜ ਜ ਜਦਿਆਂ ਖਬਰਾਂ ਦੀ ਤਹਿਰੀਰ ਵਿੱਚ ਜਦੀ ਰਿਪੋਰਟਿੰਗ ਵਿੱਚ ਸ਼ਾਇਰੀ ਨਜ਼ਰ ਆਵੇ ਅਰੇ ਅਰੇ ਉਹ ਘਾਤੀ ਆ ਸਾਡੇ ਪਾਕਿਸਤਾਨ ਵਿੱਚ ਸਾਹਿਬ ਜੀ ਤੁਸੀਂ ਹੌਸਲਾ ਅਫਜ਼ਾਈ ਯੂਨੀਅਨ ਦੇ ਜੀ ਨਹੀਂ ਤੁਸੀਂ ਆਪਣੇ ਚੇਅਰਮੈਨ ਨੂੰ ਚੁਣ ਲਈ ਹੋ ਤੁਸੀਂ ਆਪਣਾ ਕੰਮ ਬਣਵਾਇਆ ਹੈ ਤੇ ਚਲੋ ਇਹ ਇਹ ਤੁਹਾਡੀ ਮੈਂ ਨਹੀਂ ਸਮਝਦਾ ਕਿ ਮੈਂ ਮੇਰੇ ਸਿਫਤੇ ਤੁਸੀਂ ਦੁਆ ਮੈਨੂੰ ਦੇ ਰਹੇ ਹੋ ਤੇ ਮੈਂ ਹਮੇਸ਼ਾ ਇਹਨੂੰ ਦੁਆ ਹੀ ਸਮਝਿਆ ਕੋਈ ਇਹਨੂੰ ਕੋ ਬਿਲਕੁਲ ਤੁਸੀਂ ਜ਼ਿੰਦਗਾਨੀ ਕਿੈਸੀ ਜਾ ਰਹੀ ਸ਼ੁਕਰ ਮੈਂ ਤੇ ਸ਼ੁਕਰ ਔਰ ਸਬਰ ਅਲਾਹ ਔਰ ਤਵੱਕਲ ਅਲਾਹ ਆਦਮੀ ਮੇਰੀ ਸਾਰੀ ਜ਼ਿੰਦਗੀ ਮੀਰ ਸਾਹਿਬ ਤਵੱਕਲ ਤੇ ਗੁਜ਼ਰੀ ਅਲਹਮਦੁਲਿਲਾ ਮੈਂ ਸਾਡੇ ਸਾਹਮਣੇ ਸਾਡੇ ਸਾਹਮਣੇ ਕੋ 32 34 35 ਸਾਲ ਤੇ ਸਾਨੂੰ ਵੀ ਹੋ ਗਈ ਸੀ ਅੱਛਾ ਜੀ ਇਹ ਘਰ ਮੈਂ ਜਦੋਂ ਐਂਟਰ ਹੋਇਆ ਪਹਿਲਾਂ ਤੇ ਮੇਰਾ ਸ਼ਨਾਖਤੀ ਕਾਰਡ ਉਹਨਾਂ ਨੇ ਸਿਕਿਉਰਟੀ ਵਾਲੇ ਨੇ ਰੱਖਿਆ ਹੈ ਜੀ ਔਰ ਮੈਂ ਬੜਾ ਖੁਸ਼ ਹੋਇਆ ਹਾਂ ਮੈਨੂੰ ਲੱਗਦਾ ਹੈ ਕਿ ਇਹ ਅਮਰੀਕਾ ਦਾ ਵੀ ਕੋਈ ਮੁਹੱਜ਼ਬ ਔਰ ਸਾਫ਼ ਸੁਥਰਾ ਇਲਾਕਾ ਹੈ ਤੇ ਇਹ ਘਰ ਆਪਣਾ ਹੈ ਜਾਂ ਕਿਰਾਏ ਦਾ ਇਹ ਅਲhamdulillah ਕਿਰਾਏ ਦਾ ਹੈ ਜੀ ਮੇਰੀ ਤਾਂ ਜ਼ਿੰਦਗੀ ਕਿਰਾਏ ਤੇ ਗੁਜ਼ਰੀ ਸ਼ੁਕਰ ਹੈ ਅੱਲਾ ਦਾ ਔਰ ਮੈਂ ਕਮ ਉਸ ਕਮ ਮੈਨੂੰ ਇਹ ਤਸੱਲੀ ਹੋ ਗਈ ਯਕੀਨ ਕਰੋ ਵਿੱਚੋ ਖਾਹਿਸ਼ ਵੀ ਰਹੀ ਘਰ ਬਣਾਣ ਦੀ ਔਰ ਕੋਸ਼ਿਸ਼ ਮੈਂ ਕੀਤੀ ਕਿਦਰੇ ਜ਼ੇਰੇ ਤਾਮੀਰ ਵੀ ਰਿਹਾ ਜਿਹੜਾ ਕਿ ਤਕਮੀਲ ਨਹੀਂ ਪਾ ਸਕਿਆ ਅਜੇ ਤੱਕ तो वो चना मैं बड़ी तुम मजे की गल दसा कि मेनू ख्याल ही आया अल्लाह ने मेरे उतारिया या मेरे कोई समझो कि गलत ख्याल तो आया नहीं किसी और पास आना है मेरे जहन ख्याल आया कि जिन्हें लोगों का ताल्लुक इलम और अदब न होना की ख्वाहिश हो शऊर हासिल होना और चंकी गल अ कर कोई यानी जो ख्वाहिश भी हो चाहे तमन्ना आरजू हो कोई चंगी गल निकले ਉਹਨਾਂ ਦੇ ਕੋਲ ਘਰ ਤੇ ਬੰਗਲੇ ਤੇ ਉਹਨਾਂ ਦੇ ਬੈਂਕ ਬੈਲੈਂਸ ਨਹੀਂ ਨਿਕਲਨੇ ਚਾਹੀਦੇ ਉਹਨਾਂ ਦੇ ਮਰਨ ਤੋਂ ਬਾਅਦ ਵਾਹ ਨਹੀਂ ਤੇ ਫਿਰ ਲੋਕ ਡਾਊਟਫੁਲ ਵੀ ਹੋ ਜਾਂਦੇ ਨੇ ਕਿ ਯਾਰ ਹੈ ਆਪ ਤੇ ਫਾਰਮ ਹਾਊਸ ਬਣਾਉਂਦਾ ਨਹੀਂ ਕਿ ਸ਼ਾ ਜੀ ਯਕੀਨ ਕਰੋ ਕਿ ਮੈਂ ਅਗਰ ਇਸ ਇਨਸਾਫ ਕਾ ਮੰਦਰ ਹੈ ਇਹ ਭਗਵਾਨ ਕਾ ਘਰ ਹੈ ਮੈਂ ਅਗਰ ਇਨਸਾਫ ਕਰਾਂ ਤੇ ਤੁਹਾਡੇ ਇਸ ਵੇਲੇ ਜਿੰਨਾ ਤੁਹਾਡੇ ਚ ਪੋਟੈਂਸ਼ੀਅਲ ਹੈ ਸ਼ਾਇਦ ਤੁਸੀਂ ਯਦੀਬ ਤੁਸੀਂ ਨਿੰਜਾ ਤੁਸੀਂ ਦਾਨਸ਼ਵਰ ਤੁਸੀਂ ਹੈ ਜੀ ਔਰ ਉਸਤਾਦ ਤੁਸੀਂ ਗਾਇਕ ਤੁਸੀਂ ਕਮੇਡੀਅਨ ਤੁਸੀਂ ਬ੍ਰਾਡਕਾਸਟਰ ਤੁਸੀਂ ਸਦਾਕਾਰ ਤੁਸੀਂ ਤੁਹਾਡਾ ਕਮ ਉਸ ਕਮ ਫਰਦਾ우스 ਮਾਰਕੀਟ ਔਰ ਐਦਰ ਇੱਕ ਭਾਈ ਕੋਲੇ 18 ਕਨਾਲ ਦਾ ਫਾਰਮ ਹਾਊਸ ਤੁਹਾਡਾ 118 ਹੋਣਾ ਚਾਹੀਦਾ ਐਨੇ ਤੁਸੀਂ ਕਾਬਿਲ ਆ ਨਹੀਂ ਮੇਰੇ ਜੋ ਸੋਚ ਮੇਰੇ ਸਾਬ ਹੋ ਰਿਹਾ ਹੈ ਠੀਕ ਕਿਉਂਕਿ ਮੈਂ ਜਿੰਨਾਂ ਨੂੰ ਮੰਨਣ ਆਲਾ ਨਾ ਮੈਂ ਆਪਣੇ ਪੈਗੰਬਰ ਦੀ ਗੱਲ ਕਰਾਂ ਮੈਂ ਆਇਮਾ ਤਾਹਿਰਿਨ ਦੀ ਗੱਲ ਕਰਾਂ ਇਮਾਮਾਂ ਪਾਕਾਂ ਦੀ ਗੱਲ ਕਰਾਂ ਸੂਫੀਆ کرام ਦੀ ਗੱਲ ਕਰਾਂ ਔਲੀਆ ਇਹ ਉਹਨਾਂ ਕੋਲ ਤੇ ਕਦੀ ਨਹੀਂ ਇਹ ਘਰ ਹੋਏ ਮੈਂ ਸਿਰਫ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਡਾ ਕੋਈ ਫੇਲੀਅਰ ਹੈ ਇਹ ਸੋਸਾਇਟੀ ਦਾ ਫੇਲੀਅਰ ਹੈ ਮੈਂ ਨਹੀਂ ਮੈਂ ਮੇਰੀ ਸ਼ਾਇਦ ਸੋਸਾਇਟੀ ਵੀ ਵੇਖੋ ਮੈਨੂੰ ਤੇ ਮੌਕੇ ਦਿੱਤੇ ਨੇ ਸੋਸਾਇਟੀ ਨੇ ਮੈਂ ਕਿਉਂ ਥੈਂਕਲੈਸ ਹੋਵਾਂ ਜਾਂ ਮੈਨੂੰ ਮੀਰ ਸਾਹਿਬ ਐਸੇ ਐਸੇ ਮੌਕੇ ਮਿਲੇ ਨੇ ਕਿ ਮੈਂ ਚਾਹਦਾ ਤੇ ਮੈਂ ਪਾਕਿਸਤਾਨ ਨੂੰ ਕਰਜ਼ੇ ਦਿੰਦਾ ਹਾਏ ਹਾਏ ਠੀਕ ਔਰ ਇਹ ਤਾਰੀਖ ਦੇਨੇ ਕੋ ਮੈਂ ਵਾਈ ਗੱਲ ਵੀ ਨਿਕਲ ਠੀਕ ਠੀਕ ਤੇ ਮੈਂ ਆਪਣੀ ਚੋਇਸ ਔਰ ਆਪਣੀ ਆਜ਼ਾਦੀ ਜਿਹੜੀ ਫਿਕਰ ਹੈ ਸੋਚ ਹੈ رائے ਹੈ ਮੈਂ ਉਹਦੇ ਉੱਤੇ ਅਮਲ ਕਰਦੇ ਆ ਮੈਂ ਉਹਨਾਂ ਚੀਜ਼ਾਂ ਤੋਂ ਬਚੇ ਤੇ ਮੈਨੂੰ ਇਹ ਦੱਸੋ ਤੁਹਾਡੀਆਂ ਕਿਤਾਬਾਂ ਇੱਕ ਇੱਕ ਵਕਸੀ 65 ਸਨ ਕਿਤਾਬਾਂ 70 ਹੋ ਗਈ ਇਹਨਾਂ ਜੀ 70 ਕਿਤਾਬਾਂ 70 ਬੁక్స్ ਤੇ ਮਾਰਕ ਜ਼ਕਰਬਰਗ ਨੇ ਸਿਰਫ ਫੇਸਬੁਕ ਤੇ ਖਰਪਤੀ ਤੇ ਤੁਸੀਂ ਦੁੱਧਪਤੀ ਇਹ ਜਿਹੜਾ ਮੇਰਾ ਕੰਮ ਹੈ ਨਾ ਜੀ ਇਹ ਐਕਚੁਅਲੀ ਪੈਸੇਲੇ ਪਾਸੇ ਜਾਂਦਾ ਹੀ ਨਹੀਂ ਆਹਾ ਦੇਖੋ ਨਾ ਇੱਕ ਕੰਮ ਔਰ ਮੇਰਾ ਖਿਆਲ ਹੈ ਕਿ ਅਗਰ YouTube ਤੇ ਤਾਂ ਤੁਸੀਂ ਮਾਈਕਲ ਜੈਕਸਨ ਅਗਰ ਮੈਥੋਂ ਤੌਰ पे ਨਹੀਂ ਆ ਰਹੇ ਹਾਂ ਅਗਰ ਮੈਂ ਕਮਾਈ ਵੀ ਨਹੀਂ ਨਾ ਜੀ ਮੈਂ ਤੁਹਾਨੂੰ ਮਿਸਾਲ ਦੇ ਰਿਹਾ ਕਿ ਸ਼ਾਇਰੀ ਤੋਂ ਮੈਨੂੰ ਅੱਲਾ ਨੇ ਰਿਸਕ ਵੀ ਦਿੱਤਾ ਵੀ ਹੈ ਵਾਹ ਮੈਂ ਸਭ ਤੋਂ ਆਪਣੀ ਜਿਹੜਾ ਮੈਨੂੰ ਮੁਸ਼ਕਿਲ ਕੰਮ ਲੱਗਿਆ ਕਾਮੇਡੀ ਮੈਂ ਉਹ ਵੀ ਕੀਤੀ ਉਹਦੇ ਤੋਂ ਵੀ ਮੈਂ ਰੋਟੀ ਰੋਜ਼ੀ ਕਮਾਈ ਤੁਹਾਡੇ ਖੱਬੇ ਹੱਥ ਦਾ ਕੰਮ ਹੈ ਨਾ ਉਹ ਵੀ ਰੋਟੀ ਰੋਜ਼ੀ ਕਮਾਈ ਉਹ ਤੇ ਸ਼ਾਇਦ ਤੁਸੀਂ ਐਸ ਤਰ੍ਹਾਂ ਲੱਗੇ ਹੋ ਕਿ ਤੁਸੀਂ ਧੁੱਪ ਸੜੀਦੇ ਹੋ ਐਸੀ ਅੱਛੀ ਕਾਮੇਡੀ ਸੁਝਦੀ ਵਾਲੀ ਕਾਮੇਡੀ ਕੀਤੀ ਹਾਂ ਹਾਂ ਸੁਝਦੀ ਕੀਤੀ ਤੇ ਸਹੀ ਇਹ ਦੱਸੋ ਕਿ ਤੁਸੀਂ ਮਾਰਸ਼ਲ ਆਰਟਸ ਅਧਰ ਵੀ ਮੈਂ ਤੇ ਉਹ ਜ਼ਮਾਨੇ ਤੁਹਾਡਾ ਆਸ਼ਕ ਔਰ ਫੈਨ ਫਿਰ ਦੋਸਤੀ ਵੀ ਹੋਈ ਸਾਡੀ ਤੇ ਮਾਰਸ਼ਲ ਆਰਟਸ ਤੁਸੀਂ ਉਦੋਂ ਕੀਤਾ ਕਿ ਬਤਰੀਨ ਮਾਰਸ਼ਲ ਆਰਟਸ ਦੇ ਦੌਰ ਚ ਤੇ ਜਮਹੂਰੀ ਅਦਾਰੇ ਤੁਸੀਂ ਮਜ਼ਾਈਆ ਹੋ ਗਏ ਹੈ ਜੀ ਜਿਵੇਂ ਨਸੀਰਉਦਦ ਸ਼ਾ ਇਸ਼ਕੀਆ ਹੋ ਗਿਆ ਆਖਰੀ ਉਮਰ ਚ ਇੱਕ ਹੀ ਯੂਟਰਨ ਅਸਲ ਵਿੱਚ ਜਿਹੜੀ ਜਮਹੂਰੀਅਤ ਹੈ ਨਾ ਜੀ ਇਹ ਮਾਰਸ਼ਲ ਲਾ ਤੋਂ ਜ਼ਿਆਦਾ ਸਖਤ ਹੈ ਇਹ ਦੇਖੀ ਆ ਬੰਦੇ ਦੇ ਉਹਦੇ ਚ ਚੀਕਾਂ ਨਿਕਲਦੀਆਂ ਨੇ ਉਹਦੇ ਚ ਹਾਸਾ ਨਿਕਲ ਜਾਂਦਾ ਹੈ ਹਾਏ 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 ਤੇ ਇਹ ਜਿਹੜੀ ਜਮਹੂਰੀਅਤ ਹੈ ਇਸ ਵੇਲੇ ਇਹ ਵੀ ਉਂਝਦੀ ਕੁਝ ਹੀ ਆ ਨੇ ਸਾਰੀਆਂ ਬੈਣਾ ਨੇ ਆਪਸ ਵਿੱਚ ਇਹ ਮਾਂਵਾ ਧੀਾਂ ਚ ਗਮ ਹੋਏ ਆ ਅਸੀਂ ਹਾਏ 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 ਰਿਆਸਤ ਆਵਾਮ ਇਹ ਇਹਨਾਂ ਦੇ ਆਪਣੇ ਚੱਕਰਾਂ ਚ ਅਸੀਂ ਅਸੀਂ ਨਾਮਾਲੂਮ ਅਫਰਾਦ ਹੋ ਚੁੱਕੇ ਹਾਂ ਗੋਮਨਾਮ ਕਹਿ ਲਓ ਇਹ ਦੱਸੋ ਕਿ ਕਪਤਾਨ ਨੇ ਵਰਲਡ ਕੱਪ ਜਿੱਤਿਆ ਸੀ ਇਮਰਾਨ ਖਾਨ ਸਾਹਿਬ ਨੇ ਤੇ ਸਿਆਸੀ ਇਨਿੰਗਸ ਵੀ ਖੇਡਣਗੇ ਵੈਸੇ ਆਵਾਮ ਤੇ ਫਾਲੋਅ-ਆਨ ਹੋ ਗਈ ਕੀ ਤੁਹਾਡਾ ਕੀ ਤਜਜ਼ੀਆ ਕੀ ਹੈ ਮੇਰਾ ਤਜਜ਼ੀਆ ਇਹ ਹੈ ਕਿ ਸਾਰਾ ਕੁਝ ਸਾਡੇ ਜਿਹੇ ਮੁਲਕਾਂ ਦੇ ਹੁਕਮਰਾਨਾਂ ਦੇ ਹੱਥੇ 'ਚ ਨਹੀਂ ਹੁੰਦਾ ਠੀਕ ਬਲਕਿ ਹੁਣ ਤੇ ਮੈਨੂੰ ਲੱਗਦਾ ਹੈ ਕਿ ਅਮਰੀਕਾ ਦੇ ਜਾਂ ਵੱਡੇ ਵੱਡੇ ਦੂਸਰੇ ਮੁਲਕਾਂ ਦੇ ਹੁਕਮਰਾਨਾਂ ਦੇ ਹੱਥੇ 'ਚ ਵੀ ਕੁਛ ਨਹੀਂ ਹੁੰਦਾ ਹੁਕਮਰਾਨ ਪਿੱਛੇ ਕੋਈ ਹੋਰ ਹੈ ਹੁਕਮਰਾਨੀ ਕਿਸੇ ਹੋਰ ਦੀ ਹੁੰਦੀ ਹੈ ਹਮਮ ਔਰ ਉਹ مالیاتی ادارے ਨੇ ਜਿਹੜੇ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ ਉਹ ਹੋਰ ਇਸ ਤਰ੍ਹਾਂ ਦੇ ادارے ਨੇ ਜਿਹੜੀ ਆਪਣੀ ਪਾਲਿਸੀਜ਼ ਦੇ ਮੁਤਾਬਕ ਹੁਕਮਰਾਨਾਂ ਕੋਲੋਂ ਕੰਮ ਕਰਾਉਂਦੇ ਨੇ ਕਿਉਂਕਿ ਦੁਨੀਆ ਤੇ ਸਰਮਾਇਦਾਰਾਨਾ ਨਿਜ਼ਾਮ ਰਾਜੇ ਠੀਕ ਔਰ ਸਾਰਾ ਕੁਛ ਉਹਦੀ ਇੰਪਲੀਮੈਂਟੇਸ਼ਨ ਅਗੂ ਸਾਨੂੰ ਦੇਡੇ ਉਹਦੇ ਨਹੀਂ ਤੁਸੀਂ ਜੀ ਇਹ ਇਹ ਪਤਾ ਨਹੀਂ ਹੁੰਦਾ ਜਿਹੜੇ ਵਾਅਦੇ ਵਖਾ ਦਿੰਦੇ ਨੇ ਖਾਬ ਦਿਖਾ ਦਿੰਦੇ ਨੇ ਆਵਾਮ ਨੂੰ ਬਿਜਲੀ ਦੇ ਬਿੱਲ ਸੜਵਾ ਦਿੰਦੇ ਨੇ ਇਹ ਹੁਣ ਦੀ ਤੇ ਗੱਲ ਏ ਆ 3 ਸਾਲ ਪਹਿਲਾਂ ਦੀ ਗੱਲ ਏ ਸਾਰਾ ਕੁਝ ਕਰਦੇ ਸਨ ਕਹਿੰਦੇ ਸਨ ਕਿ ਪੈਟਰੋਲ ਉਹ ਮਹਿੰਗਾ ਕਰਤਾ ਹੈ ਜੋ ਕਰਪਟ ਵਜ਼ੀਰ ਆਜ਼ਮ ਹੁੰਦਾ ਹੈ ਔਰ ਬੇਰੋਜ਼ਗਾਰੀ ਉਹ ਕਰਤਾ ਹੈ ਔਰ ਇਹ ਉਹ ਕਰਤਾ ਹੈ ਤੇ ਹੁਣ ਉਹ ਸਾਰੀਆਂ ਹੀ ਗੱਲਾਂ 166 ਦਾ ਡਾਲਰ ਹੋ ਗਿਆ ਹੈ ਜੀ ਤੇ 350 ਦਾ ਕਿ ਉਹਦਾ ਪੈਕੇਟ ਹੋ ਗਿਆ ਦਵਾਈਆਂ ਤੁਸੀਂ ਦਵਾਈਆਂ ਦੇ ਦਲੀਪ ਕੁਮਾਰ ਹੋ ਤੇ ਮੈਂ ਦਵਾਈਆਂ ਦਾ ਪ੍ਰਦੀਪ ਕੁਮਾਰ ਹੈ ਜੀ ਦਵਾਈਆਂ ਸਾਨੂੰ ਚਾਹੀਦੀਆਂ ਹੁੰਦੀਆਂ ਹਨ ਔਰ ਇਸ ਲੋਗ ਇਸ ਮੁਲਕ ਦੇ ਆਵਾਮ ਨੂੰ ਤੇ 11 ਮਾਰੀ ਸਰ ਇਹ ਪਿਛਲੇ 11 ਮਹੀਨੇ 11 ਮਾਰੀ ਦਵਾਈਆਂ ਦੀਆਂ ਕੀਮਤਾਂ ਵਧ ਗਈਆਂ ਦਵਾਈ ਬਿਮਾਰੀਆਂ ਲੋਕਲ ਤੇ ਕੀਮਤਾਂ ਜਿਹੜੀਆਂ ਨੇ ਉਹ ਅਮਰੀਕਾ ਦਾ ਰੇਟ ਦਵਾਈਆਂ ਦਾ ਜੀ ਬਿਲਕੁਲ ਸਹੀ ਤੇ ਇਹ 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 ਬੜਾ شدید फेलियर ਕੀ خیال ਬਹੁਤ ਜ਼ਾਇਦ ਕੋਈ ਸ਼ੱਕ ਨਹੀਂ ਤੁਸੀਂ ਬਜਾਅ ਫਰਮਾਇਆ ਲੇਕਿਨ ਉਹ ਜਿਹੜਾ ਤੁਹਾਡਾ ਸਵਾਲ ਸੀ ਨਾ ਮੇਰਾ ਇਹ ਖਿਆਲ ਹੈ ਕਿ ਹਕੂਮਤ ਚਾਣ ਤੋਂ ਪਹਿਲੇ ਬਹੁਤ ਸਾਰੀਆਂ ਅਸਿਅ ਚੀਜ਼ਾਂ ਸਨ ਜਿਨ੍ਹਾਂ ਦਾ ਇਮਰਾਨ ਖਾਨ ਸਾਹਿਬ ਨੂੰ ਅੰਦਾਜ਼ਾ ਤੱਕ ਨਹੀਂ ਸੀ ਔਰ ਜਿਹੜੇ ਰੋਟੀ ਨੂੰ ਚੋਚੀ ਕਹਿਣ ਵਾਲੇ ਜਵਾਨ ਨੇ ਨਹੀਂ 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 ਪਤਾ ਹੀ ਨਹੀਂ ਹੁੰਦਾ ਤੁਸੀਂ ਵਿੱਚ ਜਿਹੜੇ ਕੰਮ ਹੈ ਜਿੰਨੇ ਤੱਕ ਸ਼ੋਭੇਦਾਰ ਰਿਪੋਰਟਰ ਬਣ ਕੇ ਕਿਸੇ ਅਖਬਾਰ ਵਿੱਚ ਬੰਦਾ ਨੌਕਰੀ ਨਾ ਕਰ ਲਵੇ ਆਟਾ ਦਾਲ ਦਾ ਪਤਾ ਹੀ ਨਹੀਂ ਲੱਗਦਾ ਬਾਦ ਮੈਨੂੰ ਸ਼ਹਿ ਜੀ ਮੇਰਾ ਈਮਾਨ ਹੈ ਕਿ ਇੱਥੇ ਜਿਹੜਾ ਹੁਕਮਰਾਨ ਬਣਨ ਦੀ ਖਾਹਿਸ਼ ਕਰੇਗਾ ਨਾ ਉਹ ਯਕੀਨਨ ਦੋ ਨੰਬਰ ਆਦਮੀ ਹੋਵੇਗਾ ਇਸ ਨਿظام ਦੇ ਵਿੱਚ ਕੁਝ ਆਮ ਬੰਦੇ ਦਾ ਤੁਸੀਂ ਸਮਝar ਨਹੀਂ ਸਕਦੇ ਭਾਵੇਂ ਤੁਸੀਂ ਸਾਮਰੀ ਜਾਦੀਗਰ ਦੇ ਸਾਲੇ ਇਹ ਠੀਕ ਕਹਿ ਰਹੇ ਲੇਕਿਨ ਉਹ ਅੱچھے ਲੋਕ ਕੋਈ ਖਾਹਿਸ਼ ਤੇ ਕੋਈ ਵੀ ਮੀਰ ਸਾਹਿਬ ਕਰ ਸਕਦਾ ਹੈ ਕਿ ਯਾਰ ਬਹੁਤ ਸਾਰੇ ਲੋਕਾਂ ਨੇ ਸੋਚਿਆ ਹੈ ਹਜ਼ਾਰੋਂ ਖਾਸ਼ੇ ਐਸੀ ਮਲਕ ਵਾਸਤੇ ਕਰੀਏ ਵਿਚਾਰੇ ਉਹ ਜਿਹੜੇ ਮਲਕੋਂ ਬਾਹਰ ਬੈਠੇ ਨੇ ਲੋਕ ਉਹ ਤੜਪਦੇ ਨੇ ਕੋਈ ਯਾਰ ਅੱਛਾ ਹੁਕਮਰਾਨ ਆਵੇ ਯਾਰ ਕੋਈ ਆਪਣੇ ਚੋਂ ਕੋਈ ਲੱਭੋ ਕੋਈ ਲੇਕਿਨ ਉਹ ਜਿਵੇਂ ਜਿਵੇਂ ਉੱਥੋਂ ਤੱਕ ਪਹੁੰਚਣ ਤੱਕ ਜਿਹੜਾ ਨਾ ਜੀ ਉਹ ਸਾਰਾ ਉਹਦਾ ਕੰਮ ਸਾਫ਼ ਹੋ ਜਾਂਦਾ ਸ਼ਰੀ ਸ਼ੁਯੇਬ ਅਖਤਰ ਹੈ ਨਾ ਦੁਨੀਆ ਦਾ ਫਾਸਟੈਸਟ ਬਾਲਰ ਹੈ ਤੇ ਜਦੋਂ ਬੈਟਿੰਗ ਕਰਨ ਆਂਦਾ ਹੈ ਨਾ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮੈਂ ਬੈਟਿੰਗ ਕਰਨ ਚਲਾ ਗਿਆ यानी स्पैशलाइज्ड स्पैशलाइजे एनी एग्जिट कर दी है कि बॉलरू बैटिंग नहीं पता बैटिंग हाँ ऑलराउंडर भी होंगे ने जिमें इमरान खान ऑलराउंडर लेकिन इन्ना व्डा फेलीयर है ना उम्मीदा खाबाद का मैं तो एक मिसाल देना एक बार इमरान खान साहब ने ऐलान किया कि जी पाकिस्तान पेट्रोल निकला है वो एक मुश्किल जहाँ न पता नहीं चूंगा किाची देपनियां लगी हुई सन खबर आ गई फिर पता लग्या जी नहीं है फिर पता लगे जी है वो कंपनी आपस में उन्होंने वेखो खत्म हो गया ना फिनिश हो गया हाँ जी सूँ पता है कि बलोचिस्तान मिनरल्स नल और कुदरती वसायल कुदरती खजाने भरे है साढ़े कभी हथ कुछ छाया ए, ए बायदा यानी चीज़ा मौजूद ने हुक्मराना की बेबसी दिवस चीज़ा मौजूद ने इंटरनेशनल फोरस इतन खौफनाक ने कि असी तो उन्होंने सामने हैं ही मैंने बलोचिस्तान तो याद आया कि जताबा ने सत्तर किताबा ने ਉਹ ਤੁਹਾਨੂੰ ਪਬਲਿਸ਼ਰ ਉਹਦੀ ਰੈਲੀਟੀ ਦਿੰਦੇ ਨਹੀਂ ਆ ਜਿਵੇਂ ਅਸੀਂ ਬਲੋਚਿਸਤਾਨ ਦੇ ਪੈਸੇ ਖਾ ਜਾਂਦੇ ਆ ਉਸਨੇ ਖਾ ਗਏ ਨਹੀਂ ਜਿੰਨੇ ਤੱਕ ਤੇ ਵਿਕਦੀਆਂ ਰਹੀਆਂ ਨੇ ਹੁਣ ਸਲੋ ਹੋ ਗਈਆਂ ਨੇ ਦੇ ਇੰਟਰਨੈਟ ਔਰ ਸੋਸ਼ਲ ਮੀਡੀਆ ਤੋਂ ਲੋਕ ਪੜ ਲੈਂਦੇ ਨੇ ਸ਼ਾਇਰੀ ਤੇ ਜਿਹੜੀ ਕੋਈ ਛਪਦੀ ਉਹਦੀ ਦੇ ਦਿੰਦੇ ਨੇ ਮੇਰੇ ਨਾਲ ਤੇ ਅੱਜ ਜੀਏ ਦੱਸੋ ਕਿ ਕਹਾਵਤ ਹੈ ਕਿ ਮਰਦ ਕبھی ਬੂੜਾ ਨਹੀਂ ਹੁੰਦਾ ਜੀ ਕਿ ਨਿੰਜਾ ਵੀ ਕبھی ਬੂੜਾ ਨਹੀਂ ਹੁੰਦਾ ਬੜੀ ਅੱਛੀ तो बड़ा अच्छा सवाल है कि फिजिकली तो वेखो जो जवाल है तिबई ज वह तो हर चीज़ पता नहीं इंसान तो है लेकिन मैं वेख्या और मेरे उस्ताद मोहतरम अशरफ तई साहब ने भी मैं किया और मेरे खुद पर भी है कि इंसान का जोड़ा ब्रेन है ना जी वह जिसम की नस्बत मार्शल आर्टिस्ट का ब्रेन ज्यादा वो ताकतवर और शार्प रह और ज़्यादा वह देर तक तक है ਅੱਛਾ ਉਹਨਾਂ ਨੇ ਕਿਹਾ ਯਾਰ ਮੇਰਾ ਮੈਂ ਕੋਈ ਗੱਲ ਕੀਤੀ ਥੋੜੀ ਜੀ ਮੈਂ ਕਿਹਾ ਸਰ ਸਿਹਤ ਕੈਸੀ ਕਿਹਾ ਯਾਰ ਜ਼ਿਹਨ ਮੇਰਾ ਅਲਰਟ ਹੈ ਲੇਕਿਨ ਬਾਡੀ ਥੋੜੀ ਜੀ ਜਿਹੜੀ ਹੈ ਨਾ ਉਹ ਪਹਿਲੇ ਤੋਂ ਵੀਕ ਹੈ ਉਮਰ ਦਾ ਉਹਦੇ ਤੇ ਅਸਰ ਅੱਛਾ ਨਿੰਜਾ 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 ਤੇ ਅਗਰ ਸ਼ੂਗਰ ਹਮਲਾ ਕਰ ਦੇ ਤੇ ਨਿੰਜਾ ਦਿਫਾ ਕਿਸ ਤਰ੍ਹਾਂ ਕਰਦਾ ਉਸੇ ਤਰ੍ਹਾਂ ਤੇ ਨਹੀਂ ਦਿਫਾ ਕਰਦਾ ਜਿਸ ਤਰ੍ਹਾਂ ਸਾਡਾ ਵਜ਼ੀਰੀ ਦਿਫਾ ਕਰ ਰਿਹਾ ਹੈ ਸ਼ਹੀਦ ਉਹ ਜਿਹੜਾ ਵਰਜ਼ਿਸ਼ ਤੇ

ਪੂਰਾ ਪੂਰਾ ਤੰਦਾਂ ਨੂੰ ਸਿੱਕੀ ਨੂੰ ਸਮਝਦੇ ਤਾਂ ਹੋ ਤੁਸੀਂ ਬੜਾ ਲੇਕਿਨ ਥੋੜਾ ਜਿਹਾ ਕਿਧਰੇ ਮੈਨੂੰ ਐਣਕ ਵੀ ਤੇ ਲੱਗੀ ਹੈ ਹਾਂ ਗੱਲ ਉਹ ਆ ਗਈ ਨਾ ਉਸ ਪਾਸੇ ਬਿਲਕੁਲ ਸਹੀ ਹੈ ਇਹਨੂੰ ਬੇਟੇ ਯਾਦ ਨਾਲ ਐਡਿਟ ਕਰਵਾਣਾ ਹੈ ਫੜੇ ਜਾਨਾ ਅਸੀਂ ਅੱਛਾ ਜੀ ਮਹਿੰਗਾਈ ਇੰਨੀ ਹੋ ਗਈ ਹੈ ਕਿ ਮੈਂ ਉਸ ਤੁਹਾਡੇ ਸ਼ੇਰ ਚਾਲਮਗੀਰ ਸ਼ੇਰ ਚ ਨਾ ਇੱਕ ਤਰਮੀਮ ਕੀਤੀ ਹੈ ਜੀ ਔਰ ਉਹ ਵੇਖੇ ਡਾਲਰ ਆ ਜਾਏ ਨਾ نیچے ਕبھی ਆਵਾਰਾ ਮિજાਜ ਹਾਏ ਡਾਲਰ ਆ ਰਹਾ डॉलर आ जाए ना नीचे कभी आवारा मिजाज खोल रखते हैं कैपिटल अमरीकी फौज के लिए शाम के बाद आए... आएए... बिल्कुल सही देखो तुसी के ए वाकई है अमरीकी फौज आ चुकी है साड़ी मेहमान बन चुकी है बगैर वीजे तो बगैर वैक्सीनेशन तो या फोटोशॉप है साहब सानू दसो कि अज तक असी भी कोई अमदी अमरीका इमदाद दीती हो कर्जा दिता हो जवाब अज हाँ तक दस दिए असी ले ही है उ अमरीका बहादुर तो अगर उन्होंने बेचारे एवं मुफ्त तो होने ट्रंप साहब ने तो नाराज़ भी होए

ਉਹ ਉਹਨਾਂ ਦੇ ਇਤਨਾ ਵੱਡਾ ਮੁਲਕ ਹੈ ਵਸਾਇਲ ਵੀ ਨੇ ਕਿਧਰੋਂ ਨਾ ਕਿਧਰੋਂ ਸਾਨੂੰ ਸਪੋਰਟ ਵੀ ਕਰ ਦਿੰਦੇ ਨੇ ਕਿਧਰੋਂ ਨਾ ਕਿਧਰੋਂ ਚਾਹ ਗ੍ਰੇ ਲਿਸਟ ਚ ਪਾ ਕਦੀ ਬਲੈਕ ਲਿਸਟ ਚ ਪਾ ਉਹਨਾਂ ਕੋਲ ਨੱਪਣ ਦੇ ਤਰੀਕੇ ਵੀ ਬੜੇ ਨੇ ਇਸ ਵਾਸਤੇ ਅਸੀਂ ਐਵੇਂ ਪੁੱਛਲਦੇ ਨਾ ਖਲੋ ਜਾਈਏ ਕਿ ਹਮ ਇਹ ਕਰ ਦਿੰਗੇ ਉਹ ਕਿ ਅਮਰੀਕਾ ਕੀ ਫੌਜ ਕਿਉਂ ਆ ਗਈ ਔਰ ਮੈਂ ਕੀ ਕਹਾਂ ਕਿ ਇੱਥੇ ਪਾਕਿਸਤਾਨ ਵਿੱਚ ਸਾਡੀ ਆਵਾਮ ਦੇ ਅੰਦਰ ਉਹਨਾਂ ਦੀ ਫੌਜ ਬੈਠੀ ਹੋਈ ਹੈ ਓਹ ਹੋ ਹੋ ਐ ਐਨ ਜੀਓ ਸੈਕਟਰ ਨੂੰ ਤੁਸੀਂ ਲੈ ਲਓ ਉਹਨਾਂ ਦੇ ਫੌਜੀ ਨੇ ਜਿਤਨੇ ਸਾਫੀਆਂ ਤੁਹਾਡੇ ਮੇਰੇ ਸ਼ੋਭੇ ਦੇ ਵਿੱਚ ਕਈ ਲੋਕ ਨਹੀਂ ਬਹਿ ਕੇ ਕਹਿੰਦੇ ਜੀ ਉਹਨਾਂ ਦਾ ਟੋਕ ਕਰ ਰਹੇ ਹੁੰਦੇ ਨੇ ਦਿੱਤੀ ਹੋਈਆਂ ਲਾਈਨਾਂ ਤੇ ਉਹਨਾਂ ਦੇ ਫੌਜੀ ਨੇ ਨਾ ظاہر ਉਹ ਤੇ ਪੇਰ ਸੀ ਅਜਾ ਸ਼ਾਇਰੀ ਮੈਨੂੰ ਇਹ ਯਾਦ ਹੈ ਸਾਡਾ ਨਾਸਟਾਲਜੀਆ ਵੀ ਹੋ ਤੁਸੀਂ ਸਾਡਾ ਹਾਲ ਵੀ ਹੋ ਤੁਸੀਂ ਕਿ ਤੁਸੀਂ ਬਚਪਨੇ ਚ ਹਟੋ ਗਏ ਸੋ ਜੀ ਐਜ਼ ਅ ਸ਼ਾਇਰ ਵੀ ਐਜ਼ ਅ ਨਿੰਜਾ ਵੀ ਬਿਲਕੁਲ ਇਸ ਤਰ੍ਹਾਂ ਜੀਵੇਂ ਜੁਨੈਦ ਸਫਦਰ ਆਪਣੇ ਵਿਆਹ ਤੇ ਗਾਣਾ गा ਕੇ ਹਿੱਟ ਹੋ ਗਿਆ ਵਾਹ ਵਾਹ ਤੇ ਮਿਲਵੇ ਦੱਸੋ ਕਿ ਤੁਸੀਂ ਆਪਣੀ ਸ਼ਾਦੀ ਤੇ ਗਾਣਾ ਗਾਇਆ ਸੀ ਕਿ ਨਾਨ ਚੱਕੂ ਚਲਾਇਆ ਸੀ ਕਿਉਂਕਿ ਤੁਸੀਂ ਤੇ ਉਹ ਨਿੰਜਾ ਵੀ ਹੈਗੇ ਹੋ ਨਹੀਂ ਮੈਨੂੰ ਇਹ ਦੱਸੋ ਕਿ ਮੈਂ ਉਸ ਦੀ ਤਰ੍ਹਾਂ ਕਿਵੇਂ ਹਿੱਟ ਹੋਇਆ ਗਾਣਾ ਗਾ ਕੇ ਤੇ ਤੇ ਦੱਸੋ ਉਹ ਤੇ ਵੈਸੇ ਉਹਦੇ ਬਾਰੇ ਹੁਣ ਤੁਸੀਂ ਇਹ ਹੁਣ ਇਸ ਵੇਲੇ ਨਾ ਆਪਣਾ ਕੰਪੈਰੀਜ਼ਨ ਕਰੋ ਜਦੋਂ ਤੁਸੀਂ ਆਏ ਹੋ ਸਾਡੇ ਜਦੋਂ ਤੁਸੀਂ ਇੰਜ ਕਰਕੇ ਛਾਲਾ ਮਾਰੀਆਂ ਨੇ ਤੇ ਤੁਹਾਡੇ ਰਜ਼ਾ ਸੁਹੇਲ ਨੇ ਤੁਹਾਡੇ ਉਪਰ ਜੁਮਾ ਮੈਗਜ਼ੀਨ ਵਿੱਚ ਉਹ ਉਦੋਂ ਦੀ ਗੱਲ ਕਰ ਰਿਹਾ ਮੇਰੀਆਂ ਜੁਕਤਾ ਨੂੰ ਪੋਸਟਮਾਰਟ ਨਾ ਕਰੋ ਤੁਸੀਂ ਇਹ ਵੇਖੋ ਉਹਦੇ ਉਦੋਂ ਹਿੱਟ ਹੋਏ ਹੋ ਤੁਸੀਂ ਇਸ ਮੁਲਕ ਵਿੱਚ ਇਸ ਮੁਲਕ ਵਿੱਚ ਇਹ ਜਿਹੜਾ ਇਨਸਟੈਂਟ ਹਿੱਟ ਹੁੰਦਾ ਹੈ ਨਾ ਇਹ ਮੈਂ ਤੁਹਾਨੂੰ ਦੇਖਿਆ ਉਤੇ ਤੁਸੀਂ ਫਿਰ ਆਪਣੇ ਉਹਦੇ ਨਾਲ ਟੈਲੈਂਟ ਨਾਲ ਦੱਸਿਆ ਪਿੱਛੇ ਰਿਆਜ਼ਤ ਸੀ ਬੜੀ ਮੇਰੀ ਹਾਂ ਉਹ ਸਰ ਅਸੀਂ ਉਹ ਜੇ ਜੁਨੈਦ ਮੈਂ ਜੇ ਕੰਪੈ ਉਸ ਤਰ੍ਹਾਂ ਤੁਸੀਂ ਉਸ ਮਵਾਜ਼ੇ ਵਿੱਚ ਨਾ ਹੋ ਸਕਦਾ ਕਿ ਮੇਰੀ ਜਿਵੇਂ martial art ਦੀ ਰਿਆਜ਼ਤ ਸੀ ਉਹਦੇ ਚ ਹੋ ਸਕਦਾ ਜੁਨੈਦ ਦੀ ਸ਼ਾਦੀ ਦੀ ਰਿਆਜ਼ਤ ਹੋਵੇ ਇਤਨੀ ਵੱਡੀ ਕਿ ਉਹਨੂੰ ਅੱਲਾ ਨੇ ਮਕਬੂਲੀਅਤ ਦਿੱਤੀ ਲੇਕਿਨ ਉਹ ਲੋਕ ਤੇ ਬੁਰਾ ਮਨਾ ਰਹੇ ਨੇ ਕਿ ਮੁਹਰਮ ਵਿੱਚ ਨਹੀਂ ਸੀ ਇਸ ਤਰ੍ਹਾਂ ਦੀ ਖੁਸ਼ੀ ਦਾ ਕਰਨਾ ਚਾਹੀਦਾ ਮਹਰਮ ਦੇ ਇਤਰਾਮ ਦੇ ਰੈਫਰੈਂਸ ਦੇ ਨਾਲ ਤੇ ਮੈਂ ਬਿਲਕੁਲ ਸਰੈਂਡਰ ਕਰਨਾ ਬਾਜ਼ ਲੋਕ ਤੇ ਉਹਦੀ ਸ਼ਾਦੀ ਦਾ ਬਹੁਤ ਜ਼ਿਕਰ ਕਰ ਅੱਛਾ ਉਹਦੀ ਸ਼ਾਦੀ ਦਾ ਬਹੁਤ ਜ਼ਿਕਰ ਕਰ ਰਹੇ ਨੇ ਇੱਕ ਹੋਰ ਵੱਡੇ ਬੰਦੇ ਦੀ ਸ਼ਾਦੀ ਬੇਟੇ ਦੀ ਹੋਈ ਉਹਦਾ ਬਿਲਕੁਲ ਨਹੀਂ ਜ਼ਿਕਰ ਕਰ ਰਹੇ ਉਧਰ ਪਰ ਛੱਡਦੇ ਨੇ ਮਤਲਬ ਬਰਾਬਰ ਹੋਣੀ ਚਾਹੀਏ ਨਾ ਬੱਚੇ ਸਾਰਿਆਂ ਦੇ ਅੱਛਾ ਕਿਸੇ ਦਾ ਜ਼ਾਤੀ ਫੇਲ ਹੈ ਨਾ ਹਾਂ ਅਸਲ ਤੇ ਹੈ ਗੱਲ ਹੁਣ ਜਿਵੇਂ ਇਤਨਾ ਕਿਤਰਾਜ਼ ਕਰ ਦਿੱਤਾ ਹੋ ਸਕਦਾ ਉਹਨਾਂ ਦਾ ਕਿਦਾਂ ਨਾ ਹੋਵੇ ਉਸ ਤਰ੍ਹਾਂ ਮੁਹਰਮ ਕਵੇ ਸਵੇ ਵੀ ਬਗੈਰ ਮੌਲਕੇ ਚ ਮਹਰਮ ਮਹਿਸੂਸ ਹੀ ਨਹੀਂ ਹੁੰਦਾ ਨਾ ਇਦਾ ਮਹਿਸੂਸ ਹੁੰਦੀ ਉਹ ਵਿਚਾਰੇ ਦੂਰ ਨੇ ਵਤਨ ਸਹੀ ਮਹਰਮ ਤੋਂ ਇਲਾਵਾ ਮਹਰਮ ਤੋਂ ਇਲਾਵਾ ਨੂੰ ਚੁੱਕ ਕੇ ਅਗਰ ਲੈ ਜੀਏ ਉਹ ਬੱਚਾ ਗਾਇਆ ਅੱਛਾ ਹੈ ਮੈਂ ਉਹ ਨਹੀਂ ਸੁਣਿਆ ਸਰ ਉਹ ਸਿਰ ਉਹ ਜਿਹੜਾ ਉਹ ਪ੍ਰੋਫੈਸ਼ਨਲ ਮੁੰਡਾ ਗਾ ਰਿਹਾ ਹੈ ਨਾ ਉਹਦੇ ਨਾਲੋਂ ਅੱਛਾ ਸੁਰ ਲਾ ਰਿਹਾ ਹੈ ਮਤਲਬ ਮੈਂ ਨਹੀਂ ਕਹਿ ਰਿਹਾ ਕਿ ਮੰਨਾ ਡੇ ਯਾਰ ਗਾ ਰਿਹਾ ਜਾਂ ਮੁਹੰਮਦ ਰਫੀਅਰ ਗਾ ਰਿਹਾ ਹੈ ਲੇਕਿਨ ਉਹ ਬਹੁਤ ਅੱਛਾ ਗਾ ਰਿਹਾ ਜਿਹੜੇ ਇੱਥੇ 70 70 ਲੱਖ ਲੈਂਦੇ ਨੇ ਨਾ ਇਸ ਮਾਰਕੀਟ 'ਚ फिर अच्छा। कोई मुबारक वाह मियाँ साहब मुबारक असली <laughs> बनती है लायक बच्चा घर पैदा होया और माशाल्लाह और भूखा नहीं मरता <laughs> कुछ चीजा अल्लाह ने उन्होंने ਸ਼ਾਇਦ ਕੋਈ ਦੁਆ ਕਿਸੇ ਪੀਰ ਫਕੀਰ ਦੀ ਕਿਸ ਹੱਥ ਦਾ ਦਿੱਤਾ ਕੰਮ ਆਇਆ ਉਹ ਸ਼ਾਇਦ ਹਨੀ ਅਲਬੈਲਾ ਨੂੰ ਕੋਈ ਕਾਫੀ ਸਾਰੇ ਪੈਸੇ ਦੇਂਦੇ ਰਹੇ ਮਸਲਾ ਮਸ਼ਹੂਰ ਇਹ ਜਾਣਦੇ ਆਂਦੇ ਆ ਜਦੋਂ ਵੀ ਵਧਾਈਆਂ ਵਧੋਈਆਂ ਉਹਦਾ ਪਿਆਰ ਕਰਦੇ ਨੇ ਉਹਦੇ ਨਾਲ ਤੇ ਇਹ ਉਹ ਕੰਮ ਆਇਆ ਕਿਦਰੇ ਅਲਬੈਲਾ ਸਾਹਿਬ ਦੇ ਵਾਲਕ ਹਾਂ ਉਹ ਜੁਗਤੇ ਕਰਨ ਦੀ ਬੜੀ ਪਰੇਸ਼ਾਨੀ ਮੀਆਂ ਨਵਾਸ਼ੀ ਨੂੰ ਮੈਨੂੰ ਅਮਾਨੁਲਲ ਮਰੂਮ ਨੇ ਦੱਸਿਆ ਕਹਿੰਦੇ ਮੇਰੇ ਵੱਡੇ ਵੱਡੇ ਵਾਲ ਸਨ ਤੇ ਮੈਨੂੰ ਮੀਆਂ ਨਵਾਸ਼ੀ ਮੇਰੇ ਵਾਲ ਫੜ ਕੇ ਕਹਿੰਦਾ ਜਿਵੇਂ ਕੋਠੇ ਦੀ ਬਲਾ ਹੁੰਦੀ